ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਪੰਜਾਬ ਸਰਕਾਰ ਦੇ 6th ਪੇ ਕਮਿਸ਼ਨ ਤੋਂ ਬਾਅਦ 4500 ਤੇ 2005 ADD టీਚਰਸ ਦੀ ਨਿਊ ਪੇ ਕਿੰਨੀ ਹੋਣ ਜਾ ਰਹੀ ਹੈ ਗ੍ਰੋਸ ਸੈਲਰੀ ਕਿੰਨੀ ਹੋਏਗੀ Net ਸੈਲਰੀ ਕਿੰਨੀ ਹੋਏਗੀ ਕਿੰਨਾ ਪੁਰਾਣੀ ਸੈਲਰੀ ਨਾਲੋਂ ਇਨਕਰੀਜ਼ ਹੋਏਗਾ ਉਹ ਸਭ ਕੁਝ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਨੂੰ ਮਲਟੀਪਲ ਫੈਕਟਰ ਚੂਜ਼ ਕਰਨ ਦੇ ਦੋ ਆਪਸ਼ਨਸ ਅਵੇਲੇਬਲ ਆ 2.46 ਤੇ 2.25 ਜੇਕਰ ਆਪਾਂ 2011 ਵਿੱਚ ਜਿਹੜੇ ਸਕੀਰ ਰਵਾਈਜ਼ ਹੋਏ ਸੀ ਕੋਸ ਤੋਂ ਪਹਿਲਾਂ ਵਾਲਾ ਸਕੇਲ ਚੂਜ਼ ਕਰਦੇ ਆ ਤਾਂ ਫਿਰ ਅਸੀਂ 2.45 ਵਾਲਾ ਫੈਕਟਰ ਚੂਜ਼ ਕਰ ਸਕਦੇ ਆ ਜਿਵੇਂ 8TT ਟੀਚਰਸ ਆ ਜਿਹੜੇ ਤਾਂ ਸਾਲ 2011 ਤੋਂ ਪਹਿਲਾਂ ਇਹਨਾਂ ਦੀ ਜਿਹੜੀ ਆਪਣੀ ਇਨੀਸ਼ੀਅਲ ਪੇ ਸੀ ਉਸੇ 11470 11470 3000 ਗ੍ਰੇਡ ਪੇ ਵਾਲੀ ਤਾਂ ਜੇਕਰ ਅਸੀਂ ਇਹ ਵਾਲਾ ਸਕੇਲ ਚੂਜ਼ ਕਰਦੇ ਆ ਤਾਂ ਫਿਰ ਸਾਨੂੰ 2.45 ਨਾਲ ਗੁਣਾ ਕਰਨੀ ਪੈਣੀ ਆ ਫਿਰ ਅਸੀਂ 2.45 ਨਾਲ ਗੁਣਾ ਕਰ ਸਕਦੇ ਆ ਇਹ ਫੈਕਟਰ ਚੂਜ਼ ਕਰ ਸਕਦੇ ਆ ਤਾਂ ਇਹ ਫੈਕਟਰ ਚੂਜ਼ ਕਰਨ ਤੋਂ ਬਾਅਦ ਸਾਡੀ ਜਿਹੜੀ ਬੇਸਿਕ ਸੈਲਰੀ ਆ ਉਹ ਬਣ ਜਾਣੀ ਆ 29707.3 ਤੇ ਜੇਕਰ ਆਪਾਂ ਸਾਲ 2011 ਤੋਂ ਰਿਵਾਈਜ਼ਡ ਹੋਏ ਸਕੇਲ ਚੂਜ਼ ਕਰਦੇ ਆ ਤਾਂ ਜਿਹੜੀ ਆਪਣੀ ਨਿਊ ਸਕੇਲ ਵਿੱਚ ਇਨੀਸ਼ੀਅਲ ਪੇ ਆ ਉਹ ਹੈਗੀ ਆ 16290 ਤਾਂ ਫਿਰ ਆਪਾਂ 2.25 ਵਾਲਾ ਫੈਕਟਰ ਚੂਜ਼ ਕਰ ਸਕਦੇ ਆ ਤੇ ਜੇਕਰ ਅਸੀਂ 16290 ਨੂੰ 2.25 ਨਾਲ ਗੁਣਾ ਕਰਦੇ ਆ ਉਹ ਸਾਡੀ ਬਣ ਜਾਂਦੀ ਹੈ 36652.5 ਆਹ ਵਾਲੀ ਸਾਡੀ ਦੇਖੋ ਜੇ ਆਪਾਂ ਪੁਰਾਣੇ ਸਕੇਲ ਚੂਜ਼ ਕਰਦੇ ਹਾਂ ਉਹਨੂੰ 2.98 ਨਾਲ ਗੁਣਾ ਕਰ ਸਕਦੇ ਹਾਂ ਫਿਰ ਸਾਡੀ ਇੰਨੀ ਬਣ ਜਾਣੀ ਹੈ ਇਹ 3000 ਗ੍ਰੇਡ ਪੇ ਵਾਲੇ ਸਕੇਲ ਆ ਇਹ ਜਿਹੜੇ 2011 ਤੋਂ ਪਹਿਲਾਂ ਹੁੰਦੇ ਸੀ ਤੇ ਜੇਕਰ ਆਪਾਂ 2011 ਜਿਹੜੇ ਰਿਵਾਈਜ਼ ਸਕੇਲ ਹੋ ਚੁੱਕੇ ਆ ਜੇ ਆਪਾਂ ਉਹ ਚੂਜ਼ ਕਰਦੇ ਆ ਉਦੋਂ ਆਪਣੀ ਇਨੀਸ਼ੀਅਲ ਪੇ ਬਣ ਜਾਣੀ ਹੈ 16290 ਇਹ ਹੈਗੀ 4200 ਗ੍ਰੇਡ ਪੇ ਵਾਲੀ ਫਿਰ ਆਪਾਂ 2.25 ਨਾਲ ਗੁਣਾ ਕਰਾਂਗੇ ਫਿਰ ਸਾਡੀ ਬਣ ਜਣੀ ਹੈ ਜਿਹੜੀ ਬੇਸਿਕ ਪੇ 36652.5 ਤੋਂ ਓਬਵੀਅਸਲੀ ਆਪਾਂ ਦੇਖ ਸਕਦੇ ਹਾਂ ਕਿ 2.25 ਨਾਲ ਜੇ ਆਪਾਂ ਕਰਦੇ ਹਾਂ ਇਹ ਵਾਲਾ ਫੈਕਟਰ ਸਾਡੇ ਲਈ ਜ਼ਿਆਦਾ ਫਾਇਦੇਮੰਦ ਹੋਊਗਾ ਕਿਉਂਕਿ ਇਹਦੇ ਵਿੱਚ ਸਾਡੀ ਬੇਸਿਕ ਪੇ ਵੱਧਦਾ ਇਹਦੇ ਨਾਲੋਂ 29707 ਨਾਲੋਂ ਸੋ ਹੁਣ ਆਪਾਂ 36652.5 ਇਹ ਦੇਖਦੇ ਹਾਂ ਹੁਣ ਆਪਾਂ ਕਿ ਇਸ ਤੋਂ ਜਿਹੜੀ ਨੈਕਸਟ ਸਟੇਜ ਆ ਉਹ ਵਾਲੀ ਸੈਲਰੀ ਕਿੰਨੀ ਹੈ 36652.5 ਤੋਂ ਤਾਂ ਹੁਣ ਆਪਾਂ ਦੇਖਦੇ ਹਾਂ ਵੀ ਆਪਾਂ ਲੈਵਲ ਕਿਹੜਾ ਚੂਜ਼ ਕਰਨਾ ਤਾਂ ਲੈਵਲ ਆਪਾਂ ਨੂੰ ਪਹਿਲਾਂ ਵਾਲਾ ਹੀ ਚੂਸ ਕਰਨਾ ਪੈਣਾ ਦੇਖੋ 3000 ਗ੍ਰੇਡ ਪੇ ਵਾਲਾ ਹੀ ਪੁਰਾਣੇ ਸਕੀਲਾਂ ਵਾਲਾ ਇਹਦੇ ਵਿੱਚ ਆਪਾਂ ਨੂੰ ਕੋਈ ਆਪਸ਼ਨ ਅਵੇਲੇਬਲ ਨਹੀਂ ਕਿ ਆਪਾਂ 4200 ਵਾਲਾ ਚੂਸ ਕਰ ਲਈਏ ਕਿਉਂਕਿ ਜਿਹੜੇ ਵੀ ਸਾਰੇ ਲੈਵਲ ਕੋਈ ਵੀ ਕਿਡਰਾ ਚਾਹੇ ਤਾਂ ਲੈਵਲ ਉਹੀ ਚੂਸ ਕਰਨੇ ਆ ਜਿਹੜੇ 5th ਪੇ ਕਮਿਸ਼ਨ ਨੇ ਪਹਿਲਾਂ ਦਿੱਤੇ ਹੋਏ ਆ ਤਾਂ ਲੈਵਲ ਆਪਾਂ ਨੂੰ ਪੁਰਾਣਾ ਹੀ ਚੂਸ ਕਰਨਾ ਪੈਣਾ ਲੈਵਲ ਨੰਬਰ 8 ਚੂਸ ਕਰਾਂਗੇ ਆਪਾਂ 8TT ਲਈ ਤਾਂ ਆਪਾਂ ਦੇਖਿਆ ਸੀਗਾ ਕਿ ਪੇ ਸਾਡੀ ਬਣ ਰਹੀ ਸੀ 36652.5 ਤਾਂ ਉਸ ਤੋਂ ਨੈਕਸਟ ਜਿਹੜੀ ਇੱਥੇ ਆਪਾਂ ਦੇਖ ਸਕਦੇ ਹਾਂ ਕਿਹੜਾ ਸੈਲ ਚ ਆਪਣੀ ਪੇ ਆਣੀ ਆ ਤਾਂ 36652.5 ਤੋਂ ਨੈਕਸਟ ਹੈਗੀ ਆਪਣੀ 37600 ਇੱਥੇ ਆਪਾਂ ਦੇਖ ਸਕਦੇ ਹਾਂ ਆ 36500 ਤੋਂ ਦੇਖੋ ਅੱਗੇ ਇਹ ਬਣ ਜਣੀ ਆ 37600 ਤਾਂ ਇਹ 37600 ਆਪਣੀ ਉਦੋਂ ਬਣਨੀ ਆ ਦੇਖੋ ਜਿਹੜੇ ATT ਟੀਚਰਸ ਆ ਇਹ 4500 ਦੇ 2005 ਵਾਲੇ ਸਤੰਬਰ 2016 ਤੇ ਨਵੰਬਰ 2016 ਵਿੱਚ ਅਪਾਇੰਟਡ ਆ ਤਾਂ 2018 ਵਿੱਚ ਇਹਨਾਂ ਦਾ ਪ੍ਰੋਵੀਜ਼ਨ ਕਲੀਅਰ ਹੋਇਆ 4500 ਵਾਲਿਆਂ ਦਾ ਹੋ ਗਿਆ ਸਤੰਬਰ 2018 ਵਿੱਚ ਤੇ 2005 ਵਾਲਿਆਂ ਦਾ ਹੋ ਗਿਆ ਨਵੰਬਰ 2018 ਵਿੱਚ ਤਾਂ ਇਹ ਆਪਣੀ 2018 ਵਾਲੀ ਪੇ ਆ ਇਹ ਸਤੰਬਰ ਜਾਂ ਨਵੰਬਰ 2018 ਵਿੱਚ ਇੰਨੀ ਪੇ ਬਣ ਜਾਣੀ ਹੈ ਅਕੋਰਡਿੰਗਲੀ ਕਿ 4500 ਆਜਾਂ 2005 ਵਾਲੇ ਆ ਇਹਨਾਂ ਦੀ ਸਤੰਬਰ ਚ ਦੂਜਿਆਂ ਦੀ ਨਵੰਬਰ ਚ ਫਿਰ ਆਪਾਂ ਨੂੰ ਦੇਖੋ 2019 ਵਿੱਚ ਇੱਕ ਇਨਕ੍ਰੀਮੈਂਟ ਲੱਗੂਗਾ ਇਨਕ੍ਰੀਮੈਂਟ ਲਾ ਕੇ ਇੰਨੀ ਹੋ ਜਾਣੀ 2019 ਚ ਫਿਰ 2020 ਚ ਇਨਕ੍ਰੀਮੈਂਟ ਲੱਗੂਗਾ ਇੰਨੀ ਹੋ ਜਾਣੀ ਹੈ 39900 ਤੇ ਫਿਰ ਆਪਾਂ ਨੂੰ ਇੱਕ ACP ਵੀ ਲੱਗੂਗਾ ਇੱਥੇ 4 ਸਾਲਾ ACP ਵੀ ਲੱਗਿਆ 2020 ਚ ਤਾਂ ਉਹ ਲਾ ਕੇ ਹੋ ਜਾਣੀ ਹੈ 41100 ਤੇ ਦੋ ਇਨਕਰੀਮੈਂਟ ਤੇ ਇੱਕ ACP ਲੱਗਣ ਤੋਂ ਬਾਅਦ ਆ ਹੁਣ ਆਪਣੀ ਪੇ ਬਣ ਜਾਣੀ ਹੈ ਬੇਸਿਕ ਪੇ 41100 ਇਹ ਹੁਣ ਆਪਣੀ ਮੇਨ ਬੇਸਿਕ ਪੇ ਆ ਆਪਾਂ ਸਾਰੇ ਅਲਾਉਂਸਸ ਹੁਣ ਇਸੇ ਤੇ ਹੀ ਕੈਲਕੂਲੇਟ ਕਰਨੇ ਆ DA ਆਪਾਂ ਹੈਗਾ ਆਪਣਾ 17% ਜਿਹੜਾ HRA ਆ ਉਹ 8% ਰੂਰਲ ਅਲਾਉਂਸ ਆ ਜਿਹੜਾ ਉਹ 5% ਤਾਂ ਆਪਾਂ ਸਾਰੇ ਅਲਾਉਂਸਸ ਹੁਣ ਇਹ 41100 ਦੇ ਕੈਲਕੂਲੇਟ ਕਰਕੇ ਦੇਖਦੇ ਆ ਕਿ ਜਿਹੜੀ ਹੁਣ ਆਪਣੀ ਨਿਊ ਪੇ ਬਣ ਜਾ ਰਹੀ ਆ ਉਹ ਕਿੰਨੀ ਬਣ ਜਾ ਰਹੀ ਹੈ ਤਾਂ ਇਹ ਦੇਖੋ ਇੱਕ ਪਾਸੇ ਆਪਣੀ 올ਡ ਪੇ ਆ ਜਿੰਨੀ ਆਪਾਂ ਨੂੰ ਕਰੰਟ ਮਿਲ ਰਹੀ ਆ ਇਧਰ ਆਪਣੀ ਨਿਊ ਪੇ ਆ ਤਾਂ ਬੇਸਿਕ ਆਪਾਂ ਜਿਵੇਂ ਗੱਲ ਕੀਤੀ ਸੀ 41100 ਬਣ ਨਹੀਂ ਹੁਣ ਆਪਣੀ ਡੀਏ 17% ਲਾਤਾ ਉੱਤੇ ਹਾਊਸ ਰੈਂਟ 8% ਰੂਰਲ ਅਲਾਉਂਸ ਆ ਜਿਹੜਾ ਉਹ 5% ਉਹ ਟੀਚਰ ਜਿਹੜਾ ਇੱਕ ਰੂਰਲ ਏਰੀਆ ਵਿੱਚ ਟੀਚ ਕਰ ਰਿਹਾ ਜੇ ਕੋਈ ਟੀਚਰ ਸਿਟੀ ਵਿੱਚ ਟੀਚ ਕਰ ਰਿਹਾ ਤਾਂ ਫਿਰ ਉਹਨੂੰ ਰੂਰਲ ਅਨੌਸ ਨਹੀਂ ਮਿਲਣਾ ਪਰ ਉਹਦਾ ਐਚ ਆਰਏ ਅਕੋਰਡਿੰਗਲੀ ਡਿਪੈਂਡਿੰਗ ਓਨ ਹਿਸ ਸਿਟੀ ਉਹ 10% 12% ਜਾਂ 16% ਉਹ ਬਣ ਜੂਗਾ ਇਹ ਆਪਾਂ ਉਹ ਟੀਚਰ ਦਾ ਕੈਲਕੂਲੇਟ ਕੀਤਾ ਜਿਹੜਾ ਇੱਕ ਰੂਰਲ ਏਰੀਆ ਵਿੱਚ ਟੀਚ ਕਰ ਰਿਹਾ ਤਾਂ ਗ੍ਰੋਸ ਸੈਲਰੀ ਜਿਹੜੀ ਪਹਿਲਾਂ ਬਣੀ ਸੀ ਆਪਣੀ ਬਣ ਰਹੀ ਆ ਉਹ 50120 ਆ ਹੁਣ ਆਪਣੀ ਜਿਹੜੀ ਕਰੰਟ ਮਿਲ ਰਹੀ ਆ ਤੇ 6ਵੇਂ ਪੇ ਕਮਿਸ਼ਨ ਤੋਂ ਬਾਅਦ ਜੁਲਾਈ ਵਾਲੀ ਜਿਹੜੀ ਹੁਣ ਪੇ ਬਣਨੀ ਹੈ ਉਹ ਬਣੂਗੀ 54180 ਰੁਪਏ ਤਾਂ ਆਪਾਂ ਦੇਖ ਸਕਦੇ ਕਿੰਨਾ ਡਿਫਰੈਂਸ ਹੋ ਰਿਹਾ 4060 ਰੁਪਏ ਤਾਂ ਆਪਾਂ ਨੂੰ ਅਲਟੀਮੇਟ ਇਨਕਰੀਸ ਹੁਣ ਟੋਟਲ ਇਨਕਰੀਸ 4060 ਰੁਪਏ ਦਾ ਆਪਣੀ ਸੈਲਰੀ ਵਿੱਚ ਇਨਕਰੀਸ ਹੋਏਗਾ ਫਿਰ ਆਪਾਂ ਡਿਡਕਸ਼ਨ ਤੋਂ ਬਾਅਦ ਨੈਟ ਸੈਲਰੀ ਦਾ ਵੀ ਦੇਖ ਲੈਣੇ ਆ ਅ ਸੀਪੀਐਫ ਡਿਵੈਲਪਮੈਂਟ ਟੈਕਸ ਤੇ ਜੀਆਈਐਸ ਕਟਣ ਤੋਂ ਬਾਅਦ ਆਪਣੀ ਨੈਟ ਸੈਲਰੀ ਕਿੰਨੀ ਆ ਤੇ ਬਾਅਦ ਚ ਕਿੰਨੀ ਬਣ ਜਾਣੀ ਹੈ ਇਹ ਇਹ ਬਣ ਜਾਣੀ ਹੈ 49141 ਤਾਂ ਨੈਟ ਸੈਲਰੀ ਵਿੱਚ ਆਪਾਂ ਨੂੰ ਕਿੰਨਾ ਇਨਕਰੀਸ ਹੋਊਗਾ ਉਹ ਹੋਊਗਾ 3899 ਰੁਪਏ ਸੋ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਗ੍ਰੋਸ ਸੈਲਰੀ ਤੇ ਨੈਟ ਸੈਲਰੀ ਦੋਨਾਂ ਵਿੱਚ ਹੀ ਅਪ੍ਰੋਕਸੀਮੇਟ 4000 ਰੁਪਏ ਦਾ ਫਾਇਦਾ ਹੋਊਗਾ ਸੋ 4000 ਰੁਪਏ ਦਾ ਫਾਇਦਾ ਹੋਊਗਾ ਆਫਟਰ 6th ਪੇ ਕਮਿਸ਼ਨ